ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਟਾਈਮ ਵੈਸੇ ਤਾਂ ਸਵੇਰ ਤੋਂ ਲੈ ਕੇ ਹੀ ਸ਼ੰਭੂ ਰੇਲਵੇ ਸਟੇਸ਼ਨ ਦੇ ਰੇਲਵੇ ਟਰੈਕ ਤੇ ਬੈਠੇ ਹੋਏ ਆ। ਹੁਣ ਤਕਰੀਬਨ ਰਾਤ ਦੇ 7:50-55 ਹੋ ਚੁੱਕੇ ਨੇ ਤੇ 3 ਨੌਜਵਾਨ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੂੰ ਰਿਹਾਅ ਕਰਾਉਣ ਵਾਸਤੇ ਪਿਛਲੇ ਕਾਫੀ ਦਿਨਾਂ ਤੋਂ ਉੱਚ ਅਧਿਕਾਰੀਆਂ ਦੇ ਨਾਲ ਜਿਹੜੀ ਵਿਚਾਰ ਚਰਚਾ ਹੋ ਰਹੀ ਸੀ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਮਾਂ ਲਿਆ ਸੀ। ਪਹਿਲਾਂ ਆਪਣੀ 9 ਦੀ ਕਾਲ ਸੀ, ਉੱਚ ਅਧਿਕਾਰੀਆਂ ਨੇ ਸਮਾਂ ਲਿਆ, ਉਸ ਤੋਂ ਬਾਅਦ ਫਿਰ 10 ਦੀ ਕਾਲ ਦਿੱਤੀ, ਫਿਰ ਕਿਹਾ ਵੀ 16 ਤੱਕ ਤੁਸੀਂ ਰੁਕ ਜਾਓ, ਅਸੀਂ ਤੁਹਾਡੇ ਜਿਹੜੇ 3 ਆਗੂ ਨੇ ਰਿਹਾਅ ਕਰ ਦਾਂਗੇ, ਪਰ ਨਹੀਂ ਕੀਤੇ। ਅੱਜ ਫਿਰ ਮਜਬੂਰਨ ਇੱਥੇ ਬੈਠਣਾ ਪਿਆ। ਔਰ ਤੁਸੀਂ ਦੇਖ ਸਕਦੇ, ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਚਾਰੇ ਪਾਸੇ ਸੰਗਤ ਜਿਹੜੀ ਹੈਗੀ ਆ ਉਹ ਘੁਮਾ ਕੇ ਦਿਖਾ ਦੇਣ ਵੀ ਜਿਹੜੀ ਸਾਰੀ ਸੰਗਤ ਆ ਉਹ